ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਨੂੰ ਲੋਕਡਾਊਨ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੇ ਸਮਾਗਮ ਦੌਰਾਨ ਜ਼ਿਆਦਾ ਇਕੱਠ ਕਰਨ ਦੀ ਵੀ ਮਨਾਹੀ ਕੀਤੀ ਹੋਈ ਹੈ। ਪ੍ਰਸ਼ਾਸਨ ਦੀਆਂ ਇਹਨਾਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਪਿੰਡ ਪੱਦੀ ਖਾਲਸਾ ਵਿਖੇ ਰਣਵੀਰ ਸਿੰਘ ਪੁੱਤਰ, ਲਖਵਿੰਦਰ ਸਿੰਘ ਪਿੰਡ ਧੀਦੋਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਮਨਪ੍ਰੀਤ ਕੌਰ ਸਪੁੱਤਰੀ ਨਰਿੰਦਰ ਸਿੰਘ ਸੋਢੀ ਦੇ ਸ਼ੁੱਭ ਆਨੰਦ ਕਾਰਜ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੂਰਨ ਗੁਰੂ ਮਰਿਆਦਾ ਨਾਲ ਸੰਪੰਨ ਹੋਏ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਸਰਪੰਚ ਹਰਬਖਸ਼ ਕੌਰ, ਸਮੂਹ ਗ੍ਰਾਮ ਪੰਚਾਇਤ ਜਸਪਾਲ ਸਿੰਘ ਕਲੇਰ ਅਤੇ ਸਮੂਹ ਨਗਰ ਨਿਵਾਸੀਆਂ ਨੇ ਆਪਣਾ ਵਿਸ਼ੇਸ਼ ਸਹਿਯੋਗ ਅਦਾ ਕੀਤਾ। ਇਸ ਮੌਕੇ ਬੋਲਦਿਆਂ ਸਰਪੰਚ ਹਰਬਖਸ਼ ਕੌਰ ਅਤੇ ਜਸਪਾਲ ਕਲੇਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਰਕੇ ਇਹ ਵਿਆਹ ਲੋਕਾਂ ਦੀ ਬਹੁਤ ਹੀ ਘੱਟ ਗਿਣਤੀ ਅਤੇ ਸਾਦੇ ਤਰੀਕੇ ਨਾਲ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸਮਾਗਮਾਂ ਦੌਰਾਨ ਘੱਟ ਗਿਣਤੀ ਵਿੱਚ ਇਕੱਠ ਕੀਤਾ ਜਾਵੇ, ਕਿਉਂਕਿ ਜ਼ਿਆਦਾ ਇਕੱਠ ਕਾਰਨ ਇਹ ਵਾਇਰਸ ਤੇਜ਼ੀ ਨਾਲ ਫੈਲਦਾ ਹੈ। ਅੱਜ ਸਾਡੇ ਪਿੰਡ ਪੱਦੀ ਖਾਲਸਾ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਹੈੱਡ ਗ੍ਰੰਥੀ ਦੀ ਬੇਟੀ ਦੀ ਸ਼ਾਦੀ ਸੀ ਅਤੇ ਪਹਿਲਾਂ ਇਹਨਾਂ ਨੇ ਇਸ ਤੋਂ ਪਹਿਲਾਂ ਤਰੀਕ ਰੱਖੀ ਸੀ। ਉਦੋਂ ਆ ਕਰੋਨਾ ਵਾਇਰਸ ਦਾ ਸਭ ਨੂੰ ਪਤਾ ਕਿ ਉਦੋਂ ਵਾਇਰਸ ਜ਼ਿਆਦਾ ਹੋ ਗਿਆ ਸੀ, ਇਸ ਕਰਕੇ ਤਰੀਕ ਪਹਿਲਾਂ ਕੈਂਸਲ ਕਰ ਦਿੱਤੀ ਅਤੇ ਅੱਜ 19 ਤਰੀਕ ਨੂੰ ਅਸੀਂ ਇਹ ਦਿਨ ਰੱਖਿਆ ਅਤੇ 5 ਬੰਦੇ ਉੱਧਰੋਂ ਸੱਦੇ ਨੇ ਅਤੇ 7-8 ਇੱਧਰੋਂ ਪਿੰਡ ਦੇ ਬੰਦੇ ਨੇ ਅਤੇ ਬਹੁਤ ਹੀ ਸਿੰਪਲ ਵਿਆਹ ਅਸੀਂ ਕਰ ਰਹੇ ਹਾਂ ਅਤੇ ਅਸੀਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ, ਅਗਰ ਕਿਸੇ ਨੇ ਇਹ ਕਰੋਨਾ ਵਾਇਰਸ ਜਿਹੜਾ ਚੱਲ ਰਿਹਾ ਇਹਦੇ ਵਿੱਚ ਕਿਸੇ ਨੇ ਵੀ ਇੱਦਾਂ ਸ਼ਾਦੀ ਕਰਨੀ ਤਾਂ ਸਿੰਪਲ ਰੱਖੋ, ਨਾ ਜ਼ਿਆਦਾ ਕੋਈ ਇਕੱਠ ਕਰੋ, ਕਿਉਂਕਿ ਇਕੱਠ ਕਰਨ ਦੇ ਨਾਲ ਹੀ ਇਹ ਵਾਇਰਸ ਫੈਲਦਾ। ਅੱਜ ਇਹ ਬਹੁਤ ਹੀ ਬੜੇ ਤਰੀਕੇ ਦੇ ਨਾਲ ਜੋ ਸ਼ਾਦੀ ਹੋ ਰਹੀ ਆ, ਅਸੀਂ ਬਾਬਾ ਜੀ ਜੋ ਹੈੱਡ ਕ੍ਰਾਂਤੀ ਆ ਇਹਨਾਂ ਦੇ ਜੋ ਸਾਡੇ ਕਹਿਣ 'ਤੇ ਚੱਲੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਅੱਗੇ ਸਾਰੇ ਅਸੀਂ ਦੇਸ਼ ਵਾਸੀਆਂ ਨੂੰ ਇਹੀ ਕਹਿੰਦੇ ਹਾਂ, ਜੇ ਕਿਸੇ ਦੇ ਵਿਆਹ ਰੱਖਿਆ ਆ ਉਹ ਬੜਾ ਸਿੰਪਲ ਅਤੇ ਸਧਾਰਨ ਕਰਨ, ਨਾ ਕੋਈ ਜ਼ਿਆਦਾ ਇਕੱਠ ਕਰਨ ਕਿ ਜਿਹਦੇ ਨਾਲ ਸਾਨੂੰ ਇਹ ਜਿਹੜਾ ਕਰੋਨਾ ਵਾਇਰਸ ਦੀ ਪ੍ਰੋਬਲਮ ਆਵੇ। ਥੈਂਕ ਯੂ।